ਸਾਡੇ ਨਾਲ ਖੇਮ ਕਰਨ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਸਰਮਨ ਸਿੰਘ ਧੁੰਨ ਮੌਜੂਦ ਨੇ ਇਹ ਉਹ ਨੇ ਜਿਨ੍ਹਾਂ ਨੇ ਵਰਸਾ ਸਿੰਘ ਬਲਟੋਹਾ ਤੇ ਸੁਖਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਜ਼ਾਇਦਾਦ ਸੀਗੀ ਕਿਤੇ ਖੇਮ ਕਰਨ ਜਿਹੜਾ ਇਹ ਖੁੱਡੇ ਲਾਈਨ ਲਾ ਦਿੱਤੇ ਨੇ ਸਾਡੇ ਨਾਲ ਧੁੰਨ ਸਾਹਿਬ ਮੌਜੂਦ ਨੇ ਧੁੰਨ ਸਾਹਿਬ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਪੰਜਾਬ ਹਰਿਆਣਾ ਮਾਝਲ ਵੱਲੋਂ ਤੇ ਜੀ ਮੀਡੀਆ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬੜੇ ਵੱਡੇ ਪਦਰ ਦੇ ਉੱਤੇ ਬੜੇ ਵੱਡੇ ਮਾਰਜਨ ਦੇ ਨਾਲ ਤੁਸੀਂ ਸਰਕਾਰ ਬਣਾਉਣ ਜਾ ਰਹੇ ਹੋਣਾ ਗੀਤ ਤੁਹਾਡੀ ਗੱਲ ਤੇ ਹੀ ਟੁੱਕਦਾ ਹੈ ਕਿ ਉਸ ਬਾਬੇ ਬੇਲੀ ਨੂੰ ਹੰਕਾਰ ਨੇ ਮਾਰ ਲਿਆ ਉਤਰ ਗਏ ਮਾਨਾ ਉਹ ਜਿਨ੍ਹਾਂ ਨੇ ਗੁਰੂ ਨੂੰ ਧਾਰ ਲਿਆ ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਹੰਕਾਰ ਨੇ ਮਾਰਤਾ ਔਰ ਜਿਹੜੇ ਲੋਕ ਨਿਮਰਤਾ ਨਾਲ ਚੱਲੇ ਆ ਅੱਜ ਪ੍ਰਮਾਤਮਾ ਨੇ ਉਹਨਾਂ ਨੂੰ ਅੱਗੇ ਲੈ ਜਾਂਦਾ ਉਹ ਗੱਲ ਸਿੱਧ ਹੋਈ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਟੀਚੇ ਮੁੱਖ ਟੀਚੇ ਕਿਉਂਕਿ ਇੱਕ ਟਾਸਕ ਬਹੁਤ ਲੰਮਾ ਹੈ ਪੰਜਾਬ ਬਾਰਡਰ ਸਟੇਟ ਹੈ ਦਿੱਲੀ ਹੋਰ ਚੀਜ਼ ਹੈ ਦਿੱਲੀ ਦੀ ਤੁਹਾਡੀ ਸਰਕਾਰ ਹੈਗੀ ਹੈ ਪਰ ਪੰਜਾਬ ਇੱਕ ਵੱਖਰੀ ਸਟੇਟ ਹੈ ਇੱਕ ਕਰਜ਼ਾ ਕਹਿ ਸਕਦੇ ਆ ਵੱਡਾ ਹੈ ਤੇ ਇੱਕ ਨਸ਼ਾ ਵੱਡਾ ਮੁੱਦਾ ਹੈ ਕਿਵੇਂ ਹੈਂਡਲ ਕਰੋਗੇ ਪਹਿਲੀ ਵਾਰ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾਣੀ ਹੈ ਮੈਂ ਤਾਂ ਕਹਿ ਰਿਹਾ ਕਿਉਂਕਿ ਹਲੇ ਸੌ ਚੁੱਕਣੀ ਹੈ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਪਰ ਐਕਸ਼ਨ 'ਚ ਉਹ ਆ ਗਏ ਨੇ ਐਕਸ਼ਨ 'ਚ ਮੈਂ ਤਾਂ ਕਹਿ ਰਿਹਾ ਕਿ ਜਿੰਨੇ ਵੀ 100 ਦਰਸ਼ਕਾਂ ਨੂੰ ਵੀ ਦੱਸੀਏ 122 ਜਿਹੜੇ ਉਮੀਦਵਾਰ ਸੀਗੇ ਜਾਂ ਵਿਧਾਇਕ ਸੀਗੇ ਜਾਂ ਮੰਤਰੀ ਸੀਗੇ ਸਾਰਿਆਂ ਦੀ ਸਾਰੀ ਸਿਕਿਉਰਟੀ ਲੈ ਲਈ ਗਈ ਹੈ ਜਿੰਨੇ ਵੀ ਤੁਹਾਡੇ ਤੁਹਾਡੇ ਸਾਥੀ ਸੀਗੇ ਸੰਗੀ ਸੀਗੇ ਤੁਹਾਡੇ ਜਾਣ ਪਛਾਣ ਵਾਲੇ ਸੀਗੇ ਸਾਰਿਆਂ ਦੀ ਸਿਕਿਉਰਟੀ ਵਾਪਸ ਲੈ ਲਈ ਕਿਵੇਂ ਦੇਖ ਰਹੇ ਹੋ ਪਹਿਲਾ ਸਟੈਪ ਉਹਨਾਂ ਨੇ ਚੁੱਕਿਆ ਕਿ ਜਿੰਨੀ ਸਿਕਿਉਰਟੀ ਸੀਗੀ ਸਾਰੀ ਵਾਪਸ ਲੈ ਲਈ ਹੈ ਜਿਹੜੇ ਕੋਈ ਸਾਬਕਾ ਸੀਗੇ ਜਾਂ ਇਸ ਟਾਈਮ ਮੌਜੂਦਾ ਮੰਤਰੀ ਸੀਗੇ ਸਾਰਿਆਂ ਦੀ ਉਹ ਕਹਿੰਦੇ ਮੈਂ ਮੁੱਖ ਮੰਤਰੀ ਬਣਦੇ ਸਾਰ ਹੀ ਆਪਣੇ ਨਵੇਂ ਸਿਰਾਂ ਤੋਂ ਸਾਰਿਆਂ ਨੂੰ ਸਿਕਿਉਰਟੀ ਦਵਾਂ ਕਿਵੇਂ ਦੇਖ ਰਹੇ ਹੋ ਇਹ ਇਹ ਵਾਲੇ ਸਟੈਪ ਨੂੰ ਵੇਖੋ ਜਿਹੜੀ ਉਹਨਾਂ ਨੇ ਬੜਾ ਵਧੀਆ ਫੈਸਲਾ ਕੀਤਾ ਹੈ ਸਕਿਉਰਟੀ ਇੰਨੀ ਸਕਿਉਰਟੀ ਦੀ ਲੋੜ ਨਹੀਂ ਹੁੰਦੀ ਜਿੰਨਾ ਉਹ ਡਰਾਮੇਬਾਜ਼ੀ ਕਰਦੇ ਸੀ ਜੋ ਕੁਝ ਲੋਕਾਂ ਨੂੰ ਵਿਖਾਉਂਦੇ ਸੀ ਠੀਕ ਹੈ ਸਕਿਉਰਟੀ ਚਾਹੀਦੀ ਹੈ ਉਹ ਹੁਣ ਬੜੇ ਸਿਆਣੇ ਨੇ ਜਿੰਨਾ ਕਿਸੇ ਨੂੰ ਜਿਹਦੀ ਲੋੜ ਆ ਵਾਕਈ ਜਿਹਨੂੰ ਸਕਿਉਰਟੀ ਦੇਣੀ ਬਣਦੀ ਹੈ ਜਦੀ ਹਿਫਾਇਤ ਲਈ ਉਹ ਦੇਣਗੇ ਬਟ ਉਹਨਾਂ ਨੇ ਵਧੀਆ ਫੈਸਲਾ ਕੀਤਾ ਜਿਹੜੀ ਪੁਲਿਸ ਹੈ ਉਹ ਮੈਨੂੰ ਲੱਗਦੀ ਥਾਣਿਆਂ 'ਚ ਘਟਾ ਤੇ ਜਿਹੜੇ ਲੀਡਰ ਸੀ ਉਹਨਾਂ ਦੇ ਨਾਲ ਜ਼ਿਆਦਾ ਸੀ ਜਿਨ੍ਹਾਂ ਨੇ ਜਿਹੜਾ ਵੇਖੋ ਲਾਣ ਆਰਡਰ ਨੂੰ ਵੀ ਉਹਨੂੰ ਵੀ ਵੇਖਣਾ ਹੁੰਦਾ ਉਹਨਾਂ ਨੇ ਚੰਗਾ ਫੈਸਲਾ ਕੀਤਾ ਔਰ ਭਗਵੰਤ ਮਾਨ ਜਿਹੜੇ ਆ ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ ਜੀ ਉਹ ਬੜੇ ਸੋਬਰ ਆਦਮੀ ਆ ਔਰ ਉਹਨਾਂ ਨੇ ਪੰਜਾਬ ਦੇ ਮਸਲੇ ਜਿਹੜੀ ਹਿੰਦੁਸਤਾਨ ਦੀ ਪਾਰਲੀਮੈਂਟ ਆ ਬੜੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਜਾ ਕੇ ਉੱਥੇ ਮਸਲੇ ਰੱਖਿਆ ਬੜੀ ਸੰਜੀਦਗੀ ਨਾਲ ਮਸਲੇ ਰੱਖਿਆ ਔਰ ਮੋਦੀ ਵਰਗੇ ਜਿਹੜੇ ਮੈਂ ਸਮਝਦਾ ਬੜੇ ਦਿਗਜ ਲੀਡਰ ਉਹਨਾਂ ਦੇ ਸਾਹਮਣੇ ਜਾ ਕੇ ਬੋਲਣਾ ਉਹਨਾਂ ਦੇ ਸਾਹਮਣੇ ਜਾ ਕੇ ਗੱਲ ਰੱਖਣੀ ਉਹ ਭਗਵੰਤ ਸਿੰਘ ਮਾਨ ਵਰਗਾ ਬੰਦਾ ਹੀ ਜਾ ਕੇ ਰੱਖ ਸਕਿਆ ਤੇ ਮੈਨੂੰ ਮਾਨ ਹੈ ਕਿ ਉਹ ਬੰਦਾ ਜਿਹੜਾ ਇੰਨੀ ਉੱਚੀ ਸੁੱਚੀ ਸੋਚ ਦਾ ਮਾਲਕ ਹੈ ਉਹ ਪੰਜਾਬ ਨੂੰ ਮੇਰਾ ਵੀਰ ਜਿਹੜਾ ਕਰਜ਼ੇ ਥਲੇ ਦੱਪਿਆ ਹੋਇਆ ਜਿਹੜੀ ਪੰਜਾਬ ਨੂੰ ਬੁਰੀਆਂ ਆਲਾਮਤਾਂ ਨੇ ਘੇਰਿਆ ਹੋਇਆ ਉਹ ਭਗਵਾਨ ਸਿੰਘ ਮਾਨ ਤੇ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਨੂੰ ਉਸ ਖਾਈ ਵਿੱਚੋਂ ਕੱਢ ਗੁਰਸਿੱਖ ਫੈਮਿਲੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਖੁਦ ਵੀ ਗੁਰਸਿੱਖ ਹੋ ਤੇ ਸਵਾਲ ਤੁਹਾਡੇ ਤੇ ਪੁੱਛਣਾ ਤੁਹਾਨੂੰ ਜ਼ਰੂਰ ਲਾਜ਼ਮੀ ਹੈ ਅੱਜ ਸ੍ਰੀ ਕਲਤਕ ਸਾਬ ਦੇ ਜਸਦਾਰ ਕਹਿੰਦੇ ਨੇ ਕਿ ਅਕਾਲੀ ਦਲ ਦਾ ਜਿਹੜਾ ਖਤਮ ਹੋਣਾ ਸਿੱਖਾਂ ਲਈ ਅਤੇ ਦੇਸ਼ ਲਈ ਘਾਤਕ ਹੈ ਕਿੰਨਾ ਘਾਤਕ ਹੈ ਕਿ ਕੀ ਤੁਸੀਂ ਸਿੱਖਾਂ ਨੂੰ ਨਹੀਂ ਸਮਝ ਸਕਦੇ ਨਹੀਂ ਜੀ ਉਹ ਵੇਖੋ ਜ세ਦਾਰ ਸਾਹਿਬ ਮੈਂ ਕਹਿੰਦਾ ਜੀ ਵੇਖੋ ਬੜੀ ਕਿਉਂਕਿ ਮੈਂ ਤਾਂ ਇੱਕ ਬੜੀ ਰਿਸਪੈਕਟ ਵਾਲੀ ਉਹਨਾਂ ਦੀ ਜਿਹੜੀ ਜਗਾ ਬੜੀ ਇੱਜ਼ਤ ਵਾਲੀ ਕੁਰਸੀ ਹੈ ਉਹਨਾਂ ਕੋਲ ਕਾਲ ਤਖਸਬ ਬੜਾ ਮਾਣ ਆ ਬਟ ਉਹਨਾਂ ਦਾ ਜਿਹੜਾ ਇਹ ਬਿਆਨ ਆ ਉਹ ਬੜਾ ਹਾਸੋ ਹੀਣਾ ਬਿਆਨ ਆ ਉਹ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਾਲੀ ਦਲ ਨੂੰ ਤਾਂ ਕੋਈ ਖਤਰਾ ਨਹੀਂ ਹੋਇਆ ਇਹ ਤਾਂ ਬਾਦਲ ਪਰਿਵਾਰ ਨੂੰ ਖਤਰਾ ਆਇਆ ਕਿਉਂਕਿ ਬਾਦਲ ਪਰਿਵਾਰ ਜਿਹੜਾ ਹੈ ਉਹਨਾਂ ਦੀਆਂ ਨਕਾਮੀਆਂ ਕਰਕੇ ਅੱਜ ਕੱਲ੍ਹ ਧਰਮ ਦੀ ਠੇਕੇਦਾਰੀ ਦੀ ਗੱਲ ਆਖੀ ਜਾ ਰਹੀ ਹੈ ਸਾਰਿਆਂ ਵੱਲੋਂ ਹੀ ਜਾਖੜ ਸਾਹਿਬ ਆਏ ਹੀ ਉਹਨਾਂ ਨੇ ਵੀ ਕਿਹਾ ਕਿ ਧਰਮ ਦੀ ਠੇਕੇਦਾਰੀ ਨਹੀਂ ਚੱਲਣੀ ਇੱਥੇ ਇਹ ਤਾਂ ਰੱਬ ਨੇ ਵੀ ਸਾਬਤ ਕਰ ਦਿੱਤਾ ਹੈ ਜੇ ਅਸੀਂ ਅਰਦਾਸ ਕਰ ਰਹੇ ਆਂ ਕਿ ਜੇ ਬਾਲ ਸਾਹਿਬ ਕਰਦੇ ਨੇ ਜਾਂ ਧੁੰਨ ਸਾਹਿਬ ਕਰਦੇ ਨੇ ਰੱਬ ਸਾਰਿਆਂ ਦਾ ਹੀ ਹੈ ਤੁਸੀਂ ਮੰਨਦੇ ਹੋ ਕਿ ਧਰਮ ਦੀਆਂ ਠੇਕੇਦਾਰੀਆਂ ਤੇ ਪਹਿਰਾ ਦੇ ਰਹੇ ਸੀਗੇ ਇਹ ਲੋਕ ਪ੍ਰਮਾਤਮਾ ਜਿਹੜਾ ਜੀ ਵੇਖੋ ਜਿਹੜੇ ਇਹਨਾਂ ਲੋਕਾਂ ਨੇ ਇਹੀ ਤਾਂ ਪ੍ਰਮਾਤਮਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਹਾਂ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜਿਹੜੇ ਆ ਉਹ ਕੋਈ ਲੋਕਾਂ ਨੂੰ ਡਾਂਗ ਥੋੜੀ ਮਾਰਦੇ ਆ ਉਹਨਾਂ ਨੇ ਤਾਂ ਵੇਖੋ ਇੱਕ ਤਾਂ ਬੜਾ ਕਲੀਅਰ ਜੀ ਗੱਲ ਹੈ ਕਿ ਇਹ ਜਿਹੜੇ ਲੋਕ ਆ ਮੈਂ ਮੈਂ ਤਾਂ ਹੈਰਾਨ ਆ ਵੀ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦੀ ਵੀ ਇਹ ਲੋਕ ਪੰਥ ਕਿਵੇਂ ਹੋ ਸਕਦੇ ਆ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਗੁਰੂ ਸਾਹਿਬ ਦਾ ਨਰਾਦਰ ਹੋ ਜੇ ਔਰ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਨਰਾਦਰ ਹੋਇਆ ਹੋਵੇ ਉਹ ਵੀ ਪੰਥ ਦੀ ਸਰਕਾਰ ਹੋਵੇ ਤੇ ਫਿਰ ਉਹਨਾਂ ਨੂੰ ਪੰਥਕ ਗਵਾਉਣ ਦਾ ਹੱਕ ਰਹਿ ਹੀ ਨਹੀਂ ਜਾਂਦਾ ਫਿਰ ਉਹ ਜਿਹੜੇ ਉਹਨਾਂ ਦੇ ਦੋਸ਼ੀ ਸੀ ਉਹਨਾਂ ਨਾਲ ਇਹ ਸਮਝੌਤੇ ਕਰਨ ਉਹਨਾਂ ਨੂੰ ਕਾਲਤਾ ਸਭ ਤੋਂ ਮਾਫੀਆਂ ਦਿਵਾਉਣ ਜੇ ਉਦੋਂ ਪੰਥ ਨੂੰ ਖਤਰਾ ਨਹੀਂ ਸੀ ਜਦੋਂ ਗੁਰੂ ਸਾਹਿਬ ਦੀ ਜਿਤ ਨੂੰ ਹੱਥ ਪਿਆਈ ਅੱਜ ਜੇ ਬਾਦਲਾਂ ਰਗੇ ਤਾਂ ਅੱਜ ਪੰਥ ਨੂੰ ਖਤਰਾ ਹੋ ਗਿਆ ਜਾਂਚ ਕਰਾਉਂਗੇ ਉਹ ਜਿਹਨੇ ਜੰਡੇ ਕੱਪੜੇ ਨੇ ਹਰਦੂ ਸਿੰਘ ਧਰਮਸੋਧ ਦੀ ਗੱਲ ਕਰ ਲਈਏ ਰੇਦ ਮਾਫੀਆ ਦੀ ਗੱਲ ਕਰ ਰਹੀਏ ਹਣੀਮਨੀ ਦੀ ਗੱਲ ਕਰ ਲਈਏ ਇਹ ਸਾਰੀ ਜਾਂਚ ਹੋਏਗੀ ਹੁਣ ਤੁਹਾਡੇ ਤੁਹਾਡੀ ਸਰਕਾਰ ਬਿਲਕੁਲ ਜੀ ਕਿਉਂ ਨਹੀਂ ਜਾਂਚ ਹੋਊਗੀ ਇਹ ਲੋਕ ਜਿਹੜੇ ਆ ਅੱਜ ਵੀ ਇਲੈਕਸ਼ਨਾਂ ਦੇ ਵਿੱਚ ਜਿਹੜੇ ਤੁਸੀਂ ਬੜੇ ਵੱਡੇ ਪੱਦਰ ਤੇ ਕਰਪਸ਼ਨ ਹੋਈ ਆ ਇਹਨਾਂ ਲੋਕਾਂ ਨੇ ਪਤਾ ਨਹੀਂ ਕਿੱਥੋਂ ਪੈਸੇ ਕੱਢੇ ਕਿਤੇ ਮੈਂ ਦਹਿਰਾਨ ਰਹਿ ਗਿਆ 20-20 ਕਰੋੜ ਰੁਪਈਆ ਘਲਕੇ ਦੇ ਵਿੱਚ ਵੰਡ ਕੇ ਫੇਰ 40-40 ਹਜ਼ਾਰ ਵੋਟ ਤੇ ਹਰੇ ਆ। ਉਹ ਪੈਸੇ ਇਹਨਾਂ ਲੋਕਾਂ ਨੇ ਅੱਜ ਤੱਕ ਇਹਨਾਂ ਲੋਕਾਂ ਨੂੰ ਇੱਕ ਗੱਲ ਅੱਜ ਦੁਨੀਆ ਨੇ ਸਾਬਤ ਕਰਤੀ ਵੀ ਜੇ ਤੁਸੀਂ ਲੋਕਾਂ ਨਾਲ ਗਦਾਰੀ ਕਰੋਗੇ ਤੁਸੀਂ ਇਹ ਲੋਕ ਪਤਾ ਕਿੱਥੇ ਬੈਠੇ ਸੀ ਕਿ ਯਾਰ ਠੱਗੀ ਮਾਰੋ bizness ਕਰਦੇ ਸੀ ਇੱਕ ਚਾਣਕਿਆ ਜੇ ਆਪਾਂ ਉਹਨਾਂ ਨੂੰ ਪੜੀਏ ਚਾਣਕਿਆ ਨੀਤੀ ਇਹ ਗੱਲ ਕਹਿੰਦੀ ਆ ਵੀ ਜਿਹੜਾ ਜਿੱਥੋਂ ਦਾ ਲੀਡਰ ਜਿੱਥੋਂ ਦਾ ਲੀਡਰ ਵਪਾਰੀ ਹੋ ਜਾਊਗਾ ਜਿਹੜੇ ਦੇਸ਼ ਦਾ ਮੁਖੀ ਵਪਾਰੀ ਹੋ ਜੂਗੀ ਉਥੋਂ ਦੀ ਜਨਤਾ ਭੁਖਾਰੀ ਹੋ ਜੂਗੀ ਇਹਨਾਂ ਲੋਕਾਂ ਨੇ ਸਿਆਸਤ ਵਿੱਚੋਂ ਵਪਾਰ ਕੀਤਾ ਔਰ ਇਹਨਾਂ ਲੋਕਾਂ ਨੇ ਦੁਨੀਆ ਨੂੰ ਭੁਖਾਰੀਆਂ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ ਨੇ ਇਹ ਗੱਲ ਕਲੀਅਰ ਕਰਦੀ ਵੀ ਅਸੀਂ ਤੁਹਾਡੇ ਪੈਸੇ ਪੂਸੇ ਨੂੰ ਨਕਾਰਦੇ ਹਾਂ ਅਸੀਂ ਤਾਂ ਚੰਗੇ ਬੰਦੇ ਨੂੰ ਤੇ ਸੱਚੇ ਬੰਦੇ ਨੂੰ ਅੱਗੇ ਲੈ ਕੇ ਆਉਣਾ। ਬਿਲਕੁਲ ਆ ਪੰਜਾਬ ਦੀ ਆਵਾਮ ਨੇ ਇੱਕ ਫੈਸਲਾ ਲਿਆ ਹੈ ਜਿਵੇਂ ਕਿ ਤੁਹਾਨੂੰ ਸਾਹਿਬ ਕਹਿ ਰਹੇ ਨੇ ਕਿ ਬਰਬਾਦ ਕੀਤਾ ਪੰਜਾਬ ਨੂੰ ਦੋਨਾਂ ਰਵਾਇਤੀ ਪਾਰਟੀਆਂ ਨੇ ਪਿਛਲੇ 70 ਸਾਲਾਂ ਤੋਂ ਹੁਣ ਦੇਖਣਾ ਇਹ ਹੋਵੇਗਾ ਟਾਸਕ ਵੱਡਾ ਹੈ ਆਵਾਮੀ ਪਾਰਟੀ ਵਾਸਤੇ ਸੌਚਕ ਸਮਾਗਮ ਹੈ ਜਿਹੜਾ 16 ਤਰੀਕ ਨੂੰ ਹੋਣ ਜਾ ਰਿਹਾ ਤੇ ਦੇਖਦੇ ਹਾਂ ਉਸ ਤੋਂ ਬਾਅਦ ਕਿਹੜੇ-ਕਿਹੜੇ ਪਟਾਕੇ ਪੈਂਦੇ ਨੇ ਕਿਹੜੇ-ਕਹ ਕੱਪੜੇ ਸਾਹਮਣੇ ਆਉਂਦੇ ਨੇ ਤੇ ਕਿੰਨਾ ਕੁ ਪੰਜਾਬ ਖੁਸ਼ਹਾਲ ਹੁੰਦਾ ਹੈ ਕਿਉਂਕਿ ਇਨਕਲਾਬ ਦੀ ਗੱਲ ਆਵਾਮੀ ਪਾਰਟੀ ਕਰਦੀ ਆ ਦੇਖਦੇ ਹਾਂ ਕਿੰਨਾ ਕੁ ਇਨਕਲਾਬ ਆਉਂਦਾ ਤੇ ਕਿੰ ਜੀ ਮੀਡੀਆ ਹਮ ਰਿਸਰਚ